ਇੱਕ ਬੜਾ ਦੁਖਦਾਈ ਇੰਸੀਡੈਂਟ ਹੈ ਔਰ ਬਹੁਤ ਸਾਲਾਂ ਤੋਂ ਬਾਅਦ ਇੱਥੇ ਪਹਿਲਾ ਇੰਸੀਡੈਂਟ ਹੋਇਆ ਜੋ ਪਹਿਲਾਂ ਕਦੇ ਇਸ ਤਰ੍ਹਾਂ ਦਾ ਇੰਸੀਡੈਂਟ ਨਹੀਂ ਹੋਇਆ ਇਹਦਾ ਬੜਾ ਦੁੱਖ ਹੈ ਬੜਾ ਅਫਸੋਸ ਹੈ ਡਿਟੇਲਸ ਮੈਂ ਜਦੋਂ ਦਾ ਇੱਥੇ ਮੈਂ ਇੱਥੇ ਆਇਆ ਸਾਂ ਜੀ ਦੋ ਦਿਨ ਸੰਗਤ ਦਰਸ਼ਨ ਪ੍ਰੋਗਰਾਮ ਵਾਸਤੇ ਪਰ ਇੱਕ ਤਾਂ ਮੇਰੀ ਸੁਭਾਅ ਬੁਖਾਰ ਬਹੁਤ ਹੋ ਗਿਆ ਇੱਕ ਇੰਸੀਡੈਂਟ ਕਰਕੇ ਫਿਰ ਮੈਂ ਉਹ ਪੋਸਟਪੋਨ ਕਰਤੇ ਔਰ ਇੱਕ ਇੱਕ ਮਿੰਟ ਪੰਜ ਮਿੰਟ ਬਾਅਦ ਟੈਲੀਫੋਨ ਕਰਕੇ ਮੈਂ ਇਨ ਟੱਚ ਦੇਖੋ ਇਹ ਮਿਲੀਟੈਂਸੀ ਹੈ ਇਹ ਇੱਕ ਬਹੁਤ ਵੱਡਾ ਨੈਸ਼ਨਲ ਪ੍ਰੋਬਲਮ ਹੈ ਔਰ ਸਾਨੂੰ ਪੰਜਾਬ 'ਚ ਕਿਉਂਕਿ ਅਸੀਂ ਬਿਲਕੁਲ ਹੀ ਬਾਰਡਰ 'ਤੇ ਬੈਠੇ ਹਾਂ ਅਸੀਂ ਬੜਾ ਕੰਟਰੋਲ ਕਰਦੇ ਹਾਂ ਹਰ ਚੀਜ਼ ਪੁਲਿਸ ਬੜੀ ਅਲਰਟ ਹੈ ਲੇਕਿਨ ਇਹੋ ਜਿਹਾ ਇੰਸੀਡੈਂਟ ਕਦੇ ਕੋਈ ਹੋ ਸਕਦਾ ਜਿਹੜਾ ਕਿਸੇ ਦੇ ਵੱਸ ਤੋਂ ਬਾਹਰ ਹੋ ਜਾਂਦਾ ਲੇਕਿਨ ਸਾਡੇ ਨੌਜਵਾਨ ਕਈ ਜ਼ਖਮੀ ਵੀ ਹੋ ਗਏ ਕਈ ਲੋਕਾਂ ਦੀ ਡੈਥ ਵੀ ਹੋ ਗਈ ਔਰ ਪੂਰੀ ਬਹਾਦਰੀ ਨਾਲ ਇਹ ਉੱਥੇ ਲੜਾਈ ਕਰ ਰਹੇ ਔਰ ਉਮੀਦ ਹੈ ਕਿ ਸ਼ਾਮ ਤੱਕ ਇਹ ਓਪਰੇਸ਼ਨ ਜਿਹੜਾ ਹੈ ਉਹ ਪੂਰਾ ਹੋ ਜਾਵੇ ਨਹੀਂ ਇੰਟੈਲੀਜੈਂਸ ਆਪਾਂ ਆਖ ਦਿੰਦੇ ਦੂਜੇ 'ਤੇ ਹੁਣ ਇੰਨਾ ਵੱਡਾ ਬਾਰਡਰ ਹੈ ਹਾਂਜੀ ਪਹਿਲਾਂ ਤਾਂ ਇਹ ਮੈਂ ਕਹਿਣਾ ਨਹੀਂ ਚਾਹੁੰਦਾ ਕਿ ਬਾਰਡਰ ਨੂੰ ਸੀਲ ਕਰਨਾ ਤਾਂ ਸੈਂਟਰਲ ਗੌਰਮੈਂਟ ਦਾ ਕੰਮ ਹੈ ਨਾ ਜੀ ਸਾਡੇ ਹੱਥ 'ਚ ਤਾਂ ਹੈ ਨਹੀਂ ਬਾਰਡਰ ਤੋਂ ਹੀ ਆਉਂਦੇ ਨਾ ਬੰਦੇ ਜੇ ਪਾਕਿਸਤਾਨ 'ਚ ਹੋਣ ਜਾਂ ਕਿਤੇ ਕਸ਼ਮੀਰ 'ਚ ਹੋਣ ਇਸ ਕਰਕੇ ਕਈ ਵਾਰੀ ਉਹਨਾਂ ਦੇ ਅਲਰਟ ਹੋਣ ਤੋਂ ਬਾਅਦ ਵੀ ਕੋਈ ਕਮੀਆਂ ਜਾਂ ਕੋਈ ਅਜਿਹੀਆਂ ਜਗ੍ਹਾ ਹੁੰਦੀਆਂ ਜਿੱਥੋਂ ਫਿਰ ਇਹ ਬੰਦੇ ਆ ਜਾਂਦੇ ਨੇ ਨਹੀਂ ਕੋਈ ਨਹੀਂ ਹੋ ਰਿਹਾ ਜੀ ਦੇਖੋ ਬਾਹਰ ਦੇ ਬੰਦੇ ਹੈ ਇੰਸੀਡੈਂਟ ਇੱਥੇ ਕਰਤਾ ਅਤੇ ਇਹਨਾਂ ਪੰਜਾਬ 'ਚ ਅੱਤਵਾਦ ਕਿਵੇਂ ਸ਼ੁਰੂ ਹੋ ਗਏ ਜੇ ਇਹੀ ਇੰਸੀਡੈਂਟ ਜੰਮੂ ਕਸ਼ਮੀਰ ਵੀ ਹੋ ਸਕਦਾ ਸੀ ਪਿੱਛੇ ਇਹ ਤਾਂ ਪੁਲਿਸ ਥਾਣਾ ਹੈ ਜੰਮੂ ਕਸ਼ਮੀਰ 'ਚ ਫੌਜ ਦੇ ਸੈਂਟਰ ਵਿੱਚ ਵੀ ਇੰਸੀਡੈਂਟ ਹੋ ਗਿਆ ਸੀ ਇਹ ਇੰਸੀਡੈਂਟ ਕੋਈ ਨਾ ਕੋਈ ਹੁੰਦਾ ਰਹਿੰਦਾ ਸਾਡੀ ਖੁਸ਼ਕਿਸਮਤ ਹੀ ਸੀ ਕਿ ਸਾਡੇ ਕੋਈ ਅਸੀਂ ਇੰਸੀਡੈਂਟ ਹੋਣ ਨਹੀਂ ਦਿੱਤਾ ਇੱਕ ਮੈਂ ਹੋਮ ਮਿਨਿਸਟਰ ਸਾਹਿਬ ਨਾਲ ਵੀ ਗੱਲ ਕੀਤੀ ਹੈ ਉਹਨਾਂ ਨੂੰ ਸਾਰੀ ਗੱਲ ਦੱਸੀ ਹੈ ਔਰ ਮੈਂ ਹੁਣ ਚੰਡੀਗੜ੍ਹ ਜਾ ਰਿਹਾ ਉੱਥੇ ਚੀਫ ਸੈਕਟਰੀ ਨੂੰ ਅਤੇ ਹੋਮ ਸੈਕਟਰੀ ਨੂੰ ਅਤੇ ਆਪਣੇ ਇੰਟੈਲੀਜੈਂਸ ਸਾਰਿਆਂ ਨੂੰ ਸਾਰੇ ਕਹਾਂ ਮੇਰੀ ਸਿਹਤ ਠੀਕ ਨਹੀਂ ਲੇਕਿਨ ਹੁਣ ਪਹਿਲਾਂ ਤਾਂ ਮੈਂ ਜਿਹੜੇ ਇੱਥੇ ਜ਼ਖਮੀ ਹੈ ਉਹਨਾਂ ਦੀ ਖਬਰ ਲੈ ਕੇ ਆਊਂਗਾ ਅਤੇ ਫਿਰ ਮੈਂ ਸਿੱਧਾ ਚੰਡੀਗੜ੍ਹ ਦੇਖੋ ਪ੍ਰਿਵੈਂਟਿਵ ਤਾਂ ਦੇਖੋ ਤੁਸੀਂ ਅੱਜ ਹੋਇਆ ਪ੍ਰਿਵੈਂਟਿਵ ਮੇਜਰ ਲੈਣ ਨਾਲ ਹੀ ਸਾਰੀ ਕੁਛ ਹੋਇਆ ਨਾ ਜੀ ਜਿਹੜਾ ਹੁਣ ਤੱਕ ਕੋਈ ਇੰਸੀਡੈਂਟ ਨਹੀਂ ਹੋਇਆ ਚੰਗਾ ਤਿੰਨ ਬੰਦੇ ਆ ਚੁੱਕੇ ਆ ਅਤੇ ਉਹਦੇ 'ਚ ਇੱਕ ਪੁਲਿਸਮੈਨ ਹੈ ਇੱਕ ਉਹਦੇ 'ਚ ਹੋਮਗਾਰਡ ਦਾ ਇਮਪਲਾਈ ਹੈ ਇੱਕ ਆਪਣਾ ਬੱਚਾ ਸਟੂਡੈਂਟ ਹੈ ਪਲੱਸ ਟੂ ਦਾ ਇੱਕ ਤਾਂ ਹਾਲੇ ਸਿਟੀ ਸਕੈਨ ਕਰਕੇ ਫਿਰ ਡਾਕਟਰ ਸਾਹਿਬ ਦੱਸਣਗੇ ਕਿ ਵੈਦਰ ਇਜ਼ ਆਊਟ ਆਫ ਡੇਂਜਰ ਨੋਟ ਬਾਕੀ ਟੂ ਆਊਟ ਆਫ ਡੇਂਜਰ ਔਰ ਟ੍ਰੀਟਮੈਂਟ ਬੜਾ ਅੱਛਾ ਚੱਲ ਰਿਹਾ ਐਂਡ ਬੜਾ ਬੈਸਟ ਆਫ ਮੈਡੀਕਲ ਫੈਸਿਲਿਟੀ ਨੂੰ ਪ੍ਰੋਵਾਈਡ ਹੋ ਰਹੀ ਹੈ ਅੰਮ੍ਰਿਤਸਰ ਹਾਈਲਾਈਟ ਹੋ ਚੁੱਕਿਆ ਅਸੀਂ ਰੇਲਵੇ ਸਟੇਸ਼ਨ ਬੱਸ ਸਟੈਂਡ ਸਿਨੇਮਾ ਹਾਲ ਸਰਾਵਾਂ ਸਾਰੀਆਂ ਚੈੱਕ ਕਰਨੀਆਂ ਰੇਲਵੇ ਟਰੈਕ ਚੈੱਕ ਕਰ ਲਿਆ ਕਲੀਅਰ ਐਂਡ ਯੂ ਆਰ ਟੀਮਸ ਆਰ ਇਨ ਪੋਜੀਸ਼ਨ ਥੈਂਕ ਯੂ ਸਾਨੂੰ ਸਵੇਰੇ ਇਨਫੋਰਮੇਸ਼ਨ ਮਿਲੀ ਸੀ ਸਿਵਲ ਸਰਜਨ ਸਾਹਿਬ ਵੱਲੋਂ ਕਿ ਇਸ ਤਰ੍ਹਾਂ ਦਾ ਕੁਛ ਇੰਸੀਡੈਂਟਸ ਹੋਇਆ ਦੀਨਾ ਨਗਰ ਦੇ ਨਜ਼ਦੀਕ ਔਰ ਉੱਥੋਂ ਪੇਸ਼ੈਂਟਸ ਆ ਰਹੇ ਨੇ ਸਾਡੇ ਕੋਲ ਐਸ ਆਫ ਨਾਓ ਤਿੰਨ ਪੇਸ਼ੈਂਟਸ ਆ ਚੁੱਕੇ ਹੋਏ ਨੇ ਜਿਨ੍ਹਾਂ ਦੇ ਹੈਗੇ ਆ ਇੰਜਰੀਸ ਉਹਨਾਂ ਵਿੱਚੋਂ ਇੱਕ ਤਾਂ ਥਾਣੇ ਦਾ ਮੁਨਸ਼ੀ ਹੈਗਾ ਉਹਦੇ 'ਤੇ ਲੱਤ 'ਤੇ ਮਤਲਬ ਉਹਦਾ ਫੀਮਰ ਦਾ ਫ੍ਰੈਕਚਰ ਵੀ ਹੈ ਜ਼ਿਆਦਾ ਹੈਗੀ ਇੰਜਰੀ ਥਾਈ 'ਤੇ ਉਹਦੇ ਸ਼ੋਲਡਰ 'ਤੇ ਵੀ ਇੰਜਰੀ ਹੈਗੀ ਹੈ ਇੱਕ ਪੇਸ਼ੈਂਟ ਹੈਗਾ ਵੈ ਹੋਮਗਾਰਡ ਜਵਾਨ ਜਿਹਦੇ ਚੈਸਟ 'ਤੇ ਬੁਲੇਟ ਲੱਗੀ ਹੋਈ ਹੈ ਔਰ ਤੀਸਰਾ ਕੋਈ ਸਟੂਡੈਂਟ ਜੋਗਿੰਗ ਕਰਕੇ ਜਾ ਰਿਹਾ ਸੀਗਾ ਉਹਦੇ ਸ਼ੋਲਡਰ 'ਤੇ ਹੈਗੀ ਹੈ ਇੰਜਰੀ ਪੇਸ਼ੈਂਟਸ ਤਿੰਨੋਂ ਐਸ ਵੈਲ ਸਟੇਬਲ ਹੈ ਮੈਨੇਜਮੈਂਟ ਉਹਨਾਂ ਦੀ ਚੱਲ ਰਹੀ ਹੈ